ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਆਰੰਭਤਾ ਕਰਦੇ ਨੇ ਆਗੈ ਸੁਖ ਮੇਰੇ ਮੀਤਾ। ਆਪਣੇ ਜੀਵਨ ਦਾ ਪ੍ਰੈਕਟੀਕਲ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਦੱਸ ਰਹੇ ਨੇ ਕਿ ਉਸ ਪਰਮਾਤਮਾ ਨੇ ਆਪਣੀ ਮਿਹਰ ਕਰਕੇ ਦਇਆ ਕਰਕੇ ਸਾਡੇ ਤੇ ਤਰਸ ਕੀਤਾ, ਸਾਡਾ ਅੱਗਾ ਸਵਾਰ ਦਿੱਤਾ। ਇੱਥੇ ਹੁਣ ਕਿਹੜੇ ਅੱਗੇ ਦੀ ਗੱਲ ਕਰਦੇ ਨੇ ਸੱਚੇ ਪਾਤਸ਼ਾਹ ਜੀ? ਪਰਲੋਕ ਦੀ ਗੱਲ ਕਰ ਰਹੇ ਨੇ, ਕਿਉਂਕਿ ਜੇ ਦੁਨਿਆਵੀ ਬੰਦਿਆਂ ਦੇ ਮਤ ਦੇ ਅਨੁਸਾਰ ਦੇਖੀਏ ਤੇ ਬਹੁਤ ਦੁਨੀਆਂ ਦੇ ਵਿੱਚ ਇਹੋ ਜਿਹੇ ਜੀਵ ਨੇ ਜਿਹੜੇ ਕਹਿੰਦੇ ਨੇ ਲੋਕ ਤੇ ਹੈ ਪਰ ਪਰਲੋਕ ਹੈ ਹੀ ਨਹੀਂ। ਕਈ ਜੀਵਾਂ ਦੀ ਮੱਤ ਇਦਾਂ ਦੀ ਹੁੰਦੀ ਹੈ, ਕਹਿੰਦੇ ਪਰਲੋਕ ਹੈ ਹੀ ਨਹੀਂ ਹੈ, ਬਸ ਆਹ ਦੁਨੀਆਂ ਹੀ ਹੈ ਇਕੱਲੀ। ਜਾਂ ਇੱਦਾਂ ਬਹੁਤ ਦੁਨੀਆਂ ਦੇ ਵਿੱਚ ਲੋਕ ਕਹਿੰਦੇ ਸੁਣੇ ਨੇ ਇਹ ਜੱਗ ਮਿੱਠਾ ਅੱਗੇ ਕਿਹਨੇ ਡਿੱਠਾ, ਵੀ ਆਹ ਸੰਸਾਰ ਹੀ ਹੈ ਜੋ ਸਭ ਕੁਝ ਹੈ, ਅੱਗੇ ਕੁਝ ਵੀ ਨਹੀਂ ਹੈ। ਇਹੋ ਜਿਹੀ ਬਿਰਤੀ ਸਾਕਤ ਤੇ ਮਨਮੁੱਖ ਬੰਦਿਆਂ ਦੇ ਅੰਦਰ ਹੁੰਦੀ ਹੈ ਜਿਨ੍ਹਾਂ ਨੂੰ ਰੱਬ ਦੇ ਪਰਮਾਰਥ ਦੇ ਘਰ ਵਾਲਾ ਜਿਹੜਾ ਗਿਆਨ ਹੈ ਉਹ ਬਿਲਕੁਲ ਵੀ ਨਹੀਂ ਹੈ। ਸਾਕਤ ਤੇ ਦੁਰਜਨ ਜਿਹੜੇ ਰੱਬ ਦੇ ਨਾਮ ਨਾਲੋਂ ਟੁੱਟੇ ਹੁੰਦੇ ਨੇ ਉਹ ਤੇ ਕਹਿੰਦੇ ਜਿਵੇਂ ਇੱਕ ਖੂਹ ਦੇ ਵਿੱਚ ਡੱਡੂ ਰਹਿੰਦਾ ਨਾ ਉਹਦੇ ਵਾਂਗ ਹੁੰਦੇ ਨੇ। ਗੁਰੂ ਸਾਹਿਬ ਨੇ ਬੜਾ ਸੋਹਣਾ ਗੁਰਬਾਣੀ ਦੇ ਵਿੱਚ ਫਰਮਾਨ ਦਿੱਤਾ, ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ। ਦਾਦਰ ਕਹਿੰਦੇ ਨੇ ਡੱਡੂ ਨੂੰ, ਕਹਿੰਦੇ ਵੇਖੋ ਇੱਕ ਜਿਵੇਂ ਖੂਹ ਪਾਣੀ ਦੇ ਨਾਲ ਭਰਿਆ ਹੈ ਉਹਦੇ ਵਿੱਚ ਇੱਕ ਡੱਡੂ ਰਹਿੰਦਾ ਹੁੰਦਾ। ਹੁਣ ਉਹ ਡੱਡੂ ਜਿਹੜੇ ਖੂਹ ਦੇ ਵਿੱਚ ਰਹਿੰਦਾ ਉਹਨੂੰ ਏਦਾਂ ਲੱਗਦਾ ਵੀ ਜੋ ਕੁਝ ਵੀ ਹੈ ਸਭ ਕੁਝ ਆ ਖੂਹ ਹੀ ਹੈ, ਇਹ ਤੋਂ ਬਾਹਰ ਕੁਝ ਵੀ ਨਹੀਂ ਹੈ। ਇੱਕ ਹੰਸ ਨੇ ਕਹਿੰਦੇ ਡੱਡੂ ਨੂੰ ਕਿਹਾ ਕਿ ਵੀ ਚੱਲ ਖਾ ਤੂੰ ਆ ਨਿੱਕੇ ਜਿਹੇ ਖੂਹ ਦੇ ਵਿੱਚ ਰਹਿਣਾ ਸਾਰੀ ਜ਼ਿੰਦਗੀ, ਤੈਨੂੰ ਸਮੁੰਦਰ ਦੇ ਉੱਪਰ ਲੈ ਚੱਲਾਂ, ਬਹੁਤ ਵੱਡਾ ਸਮੁੰਦਰ ਹੈ, ਉੱਥੇ ਖਾਣ ਨੂੰ ਹੀਰੇ ਮੋਤੀ ਮਿਲਦੇ ਨੇ। ਹੰਸ ਡੱਡੂ ਨੂੰ ਕਹਿੰਦਾ, ਉਹ ਡੱਡੂ ਕਹਿੰਦਾ ਕਿੱਡਾ ਕਿ ਤੇਰਾ ਮਾਨ ਸਰੋਵਰ ਜਿਹਦੀ ਤੂੰ ਗੱਲ ਕਰ ਰਿਹਾ ਹੈ। ਹੰਸ ਕਹਿੰਦਾ ਉਹਦਾ ਤੇ ਕੋਈ ਅੰਤ ਹੀ ਨਹੀਂ ਹੈ, ਬਹੁਤ ਵੱਡਾ ਹੈ। ਡੱਡੂ ਨੇ ਕਹਿੰਦੇ ਇੱਕ ਕਿਨਾਰ ਤੋਂ ਛਾਲ ਮਾਰੀ ਵਿਚਾਲੇ ਚਲਾ ਗਿਆ, ਕਹਿੰਦਾ ਐਡਾ ਕੁ ਹੋਵੇਗਾ? ਹੰਸ ਕਹਿੰਦਾ ਇਹ ਤੇ ਕੁਝ ਵੀ ਨਹੀਂ ਹੈ। ਡੱਡੂ ਨੇ ਵਿਚਾਲੋਂ ਛਾਲ ਮਾਰੀ ਦੂਸਰੇ ਕਿਨਾਰੇ ਤੇ ਚਲਾ ਗਿਆ ਖੂਹ ਦੇ, ਕਹਿੰਦਾ ਐਡਾ ਕੁ ਹੋਵੇਗਾ? ਉਹ ਹੰਸ ਕਹਿਣ ਲੱਗਾ ਇਹ ਤੇ ਇਹਦੇ ਬਰਾਬਰ ਮਾਨ ਸਰੋਵਰ ਹੈ ਜਿਹੜਾ ਬਹੁਤ ਵੱਡਾ ਹੈ, ਹਜ਼ਾਰਾਂ ਲੱਖਾਂ ਗੁਣਾ ਵੱਡਾ ਹੈ ਤੇਰੇ ਖੂਹ ਨਾਲੋਂ। ਡੱਡੂ ਹੱਸ ਕੇ ਕਹਿੰਦਾ, ਕਹਿੰਦਾ ਕਿਉਂ ਝੂਠ ਬੋਲੀ ਜਾਂਦਾ, ਇਸ ਖੂਹ ਤੋਂ ਵੱਡਾ ਤੇ ਕੁਝ ਹੈ ਹੀ ਨਹੀਂ। ਮਹਾਰਾਜ ਨੇ ਬਾਣੀ ਵਿੱਚ ਫਰਮਾਨ ਕੀਤਾ, ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ।
ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨਾ ਸੂਝ। ਐਦਾਂ ਮਹਾਰਾਜ ਕਹਿੰਦੇ ਸਾਡਾ ਮਨ ਸੰਸਾਰ ਦੇ ਵਿੱਚ ਵਿਚਲਤ ਹੋ ਕੇ ਫਸਿਆ ਹੋਇਆ। ਬੰਦੇ ਨੂੰ ਏਦਾਂ ਲੱਗਦਾ ਜੋ ਕੁਝ ਹੈ ਦੁਨੀਆਂ ਹੀ ਹੈ, ਬਸ ਸੰਸਾਰ ਹੀ ਹੈ, ਪਰ ਲੋਕ ਹੈ ਹੀ ਨਹੀਂ ਹੈ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਉਹ ਮਤ ਭੇਵ ਸਾਡਾ ਅੱਜ ਖਤਮ ਕਰ ਰਹੇ ਨੇ। ਕਹਿੰਦੇ ਜਦੋਂ ਅਸੀਂ ਨਾਮ ਦੀ ਕਮਾਈ ਕੀਤੀ, ਉਹ ਪ੍ਰਮਾਤਮਾ ਨੇ ਸਾਡਾ ਪਰਲੋਕ ਭਾਵ ਅੱਗਾ ਸਵਾਰ ਦਿੱਤਾ। ਆਗੈ ਸੁਖ ਮੇਰੇ ਮੀਤਾ, ਅਗਲੀ ਪੰਗਤੀ ਚ ਕਹਿੰਦੇ ਪਾਛੇ ਆਨੰਦ ਪ੍ਰਭ ਕੀਤਾ। ਐਸਾ ਨਹੀਂ ਕਿ ਕੇਵਲ ਪ੍ਰਮਾਤਮਾ ਨੇ ਕੇਵਲ ਪਰਲੋਕ ਹੀ ਸਵਾਰਿਆ, ਕੇਵਲ ਅੱਗੇ ਹੀ ਸਵਾਰਿਆ ਹੈ। ਜਦੋਂ ਅਸੀਂ ਨਾਮ ਦੀ ਕਮਾਈ ਕੀਤੀ, ਸਿਮਰਨ ਦੀ ਕਮਾਈ ਕੀਤੀ, ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਆ ਜਿਹੜਾ ਲੋਕ ਵਿੱਚ ਅਸੀਂ ਜੀਵਨ ਨਿਰਵਾਹ ਕਰਦੇ ਪਏ ਹਾਂ, ਇਸ ਲੋਕ ਦੇ ਵਿੱਚ ਵੀ ਸਾਨੂੰ ਆਨੰਦ ਬਣ ਗਿਆ। ਜਿਹਨੂੰ ਬਾਣੀ ਵਿੱਚ ਮਹਾਰਾਜ ਨੇ ਕਹਿ ਦਿੱਤਾ ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਕਹਿੰਦੇ ਜਦੋਂ ਸਦਾ ਲਈ ਉਹ ਪ੍ਰਮਾਤਮਾ ਦੇ ਨਾਮ ਨੂੰ ਜਪਾਂਗੇ, ਆ ਲੋਕ ਵੀ ਸਾਡਾ ਸੁਖੀ ਹੋ ਜਾਏਗਾ ਤੇ ਪਰਲੋਕ ਵੀ ਸੋਹਿਲਾ ਬਣ ਜਾਵੇਗਾ। ਇਸ ਕਰਕੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਪਰ ਸਾਕਤ ਤੇ ਦੁਰਜਨ ਬੰਦੇ ਤੇ ਇਹੋ ਜਿਹੇ ਵੀ ਨੇ ਦੁਨੀਆਂ ਤੇ ਜਿਹੜੇ ਕਹਿੰਦੇ ਰੱਬ ਹੈ ਹੀ ਨਹੀਂ ਹੈ, ਰੱਬ ਨਾਮ ਦੀ ਕੋਈ ਵਸਤੂ ਨਹੀਂ ਹੈ ਜੱਗ ਤੇ। ਜਿਹੜੇ ਨਾਸਤਕ ਬੰਦੇ ਨੇ ਉਹ ਤੇ ਮੰਨਦੇ ਨਹੀਂ, ਤਰਕਸ਼ੀਲ ਵਾਲੇ ਜਿਹੜੇ ਉਹ ਤੇ ਮੰਨਦੇ ਨਹੀਂ ਰੱਬ ਨੂੰ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਜੇ ਰੱਬ ਨਾ ਹੁੰਦਾ ਤੇ ਤੁਸੀਂ ਜਨਮ ਕਿੱਥੋਂ ਲੈਂਦੇ ਹੋ, ਆਖੋ ਸਤਨਾਮ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆਗਿਆ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ੁਰ ਬਨਤ ਬਨਾਈ ਫਿਰ ਡੋਲਤ ਕਤਹੂੰ ਨਾਹੀ। ਜਦੋਂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਦੱਸਿਆ ਵੀ ਇਹ ਲੋਕ ਤੇ ਪਰਲੋਕ ਪਰਮਾਤਮਾ ਜੀ ਸੁਹੇਲੇ ਬਣਾ ਦਿੱਤੇ, ਅਗਲੀ ਪੰਗਤੀ ਚ ਕਹਿੰਦੇ ਨੇ ਪਰਮੇਸ਼ੁਰ ਬਨਤ ਬਨਾਈ, ਆ ਜਿੰਨੀ ਵੀ ਕਾਇਨਾਤ ਅਸੀਂ ਦੇਖ ਰਹੇ ਹਾਂ ਆਪਣੀਆਂ ਅੱਖਾਂ ਦੇ ਨਾਲ, ਇਹ ਸਾਰੀ ਬਣਤ ਹੈ ਜਿਹੜੀ ਬਣਾਵਟ ਹੈ ਉਸ ਪਰਮਾਤਮਾ ਨੇ ਬਣਾਈ ਹੋਈ ਹੈ। ਔਰ ਜਿਹਨੂੰ ਗੁਰੂ ਸਾਹਿਬ ਜੀ ਕਿਰਪਾ ਕਰਕੇ ਤਰਸ ਕਰਕੇ ਨਾਮ ਦੀ ਦਾਤ ਦੇ ਦਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਉਹ ਬੰਦਾ ਉਹ ਮਨੁੱਖ ਡੋਲਦਾ ਨਹੀਂ। ਜਤਨਾਸਰੀ ਰਾਗ ਦੇ ਵਿੱਚ ਗੁਰੂ ਸਾਹਿਬ ਦੇ ਬਚਨ ਪੜ੍ਹਦੇ ਆਪਾਂ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਨਾਮ ਦਾ ਸਹਾਰਾ ਮਿਲ ਜਾਂਦਾ, ਮਹਾਰਾਜ ਕਹਿੰਦੇ ਉਹ ਨਾ ਤੇ ਆਪਣੇ ਆਚਰਣ ਤੋਂ ਡਿੱਗਦੇ ਨੇ ਤੇ ਨਾ ਡੋਲਦੇ ਨੇ ਸਾਡੇ ਵਾਂਗ। ਸਾਨੂੰ ਤੇ ਮਾੜਾ ਮੋਟਾ ਪਰਮਾਤਮਾ ਜ਼ਿੰਦਗੀ ਵਿੱਚ ਹਲੂਣਾ ਜਿਹਾ ਹੀ ਦਿੰਦਾ ਏ, ਦੁੱਖਾਂ ਦਾ ਕਹਿ ਦਈਏ, ਅਸੀਂ ਤੇ ਡੋਲ ਜਾਂਦੇ ਹਾਂ। ਪਰ ਰੱਬ ਦੇ ਪਿਆਰੇ ਜਿਨ੍ਹਾਂ ਦੇ ਅੰਦਰ ਹਿਰਦੇ ਦੇ ਵਿੱਚ ਜਿਨ੍ਹਾਂ ਦੇ ਨਾਮ ਵਸ ਗਿਆ ਨਾ, ਮਹਾਰਾਜ ਕਹਿੰਦੇ ਫਿਰ ਡੋਲਤ ਕਤ ਹੋਣਾ, ਉਹ ਕਦੇ ਵੀ ਡੋਲਦੇ ਨਹੀਂ। ਉਹ ਇੱਕ ਰਸ ਤੇਲ ਦੀ ਧਾਰਾਂ ਦੇ ਵਾਂਗ ਉਹ ਪਰਮਾਤਮਾ ਦੇ ਨਾਮ ਵਿੱਚ ਅਡੋਲ ਰਹਿੰਦੇ ਨੇ। ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਗੁਰੂ ਅਰਜਨ ਦੇਵ ਮਹਾਰਾਜ ਰਹਾਉ ਦੇ ਬੰਦ ਵਿੱਚ ਕਹਿੰਦੇ ਨੇ ਹੁਣ ਸਾਡੇ ਤੇ ਇਹੋ ਜਿਹੀ ਕਿਰਪਾ ਹੋ ਗਈ, ਸਾਡਾ ਮਨ ਮੰਨ ਗਿਆ ਵੀ ਪਰਮਾਤਮਾ ਦੇ ਨਾਮ ਜਪੇ ਤੋਂ ਬਿਨਾਂ ਇਸ ਦੁਨੀਆਂ ਤੇ ਪਾਰ ਉਤਾਰੇ ਨਹੀਂ।
ਸੱਚੇ ਪਾਤਸ਼ਾਹ ਕਹਿੰਦੇ ਗੱਲ ਤੇ ਸਿਰਫ ਮਨ ਮੰਨਣ ਦੀ ਨਾ, ਮਨ ਮੰਨ ਜਾਵੇ ਤੇ ਸਭ ਕੁਝ ਹੀ ਹੈ ਜੀ। ਅਸੀਂ ਗੁਰਦੁਆਰੇ ਆਏ ਹਾਂ, ਸਾਡਾ ਮਨ ਮੰਨਿਆ ਤਦੇ ਆਏ, ਜਿਨ੍ਹਾਂ ਦਾ ਮਨ ਨਹੀਂ ਮੰਨਿਆ ਉਹ ਘਰੇ ਬੈਠੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਹਿ ਕਬੀਰ ਮਨ ਮੰਨਿਆ, ਅੱਗੇ ਕਹਿੰਦੇ ਨੇ ਮਨ ਮੰਨਿਆ ਤਾਂ ਹਰ ਜਾਣਿਆ। ਕਹਿੰਦੇ ਜਦੋਂ ਮਨ ਮੰਨ ਗਿਆ ਫਿਰ ਰੱਬ ਬਾਰੇ ਜਾਣ ਲਵਾਂਗੇ। ਇੱਥੇ ਵੀ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਨੇ ਹੁਣ ਸਾਡਾ ਮਨ ਮੰਨ ਗਿਆ ਉਸ ਸਹਿਬ ਸੱਚੇ ਪਰਮਾਤਮਾ ਦੇ ਨਾਮ ਜਪਣ। ਹੁਣ ਜਿੱਧਰ ਵੀ ਦੇਖਦੇ ਹਾਂ ਹਰ ਸਰਬ ਨਿਰੰਤਰ ਜਾਣੇ ਆ, ਜਿਸ ਵਕਤ ਜਿਸ ਵੱਲ ਵੀ ਦੇਖੀਏ ਹੁਣ, ਚਾਹੇ ਕੋਈ ਸੱਜਣ ਹੈ ਚਾਹੇ ਕੋਈ ਭੈਣ ਭਰਾ, ਜਿੱਧਰ ਵੀ ਦੇਖਦੇ ਹਾਂ ਮਹਾਰਾਜ ਕਹਿੰਦੇ ਹਰ ਜਗ੍ਹਾ ਤੇ ਉਹ ਪਰਮਾਤਮਾ ਨਜ਼ਰ ਆਉਂਦਾ ਹੈ, ਹਰ ਸਰਬ ਨਿਰੰਤਰ ਜਾਣੇ ਆ। ਹਰੇਕ ਜਗ੍ਹਾ ਤੇ ਘੱਟ ਘੱਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ, ਹਰ ਇੱਕ ਜਗ੍ਹਾ ਦੇ ਵਿੱਚ ਜ਼ਰੇ ਜ਼ਰੇ ਵਿੱਚ ਕਣ ਕਣ ਵਿੱਚ ਉਹ ਪਰਮਾਤਮਾ ਵਸਦਾ ਹੁਣ ਨਜ਼ਰ ਆਉਂਦਾ ਹੈ। ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰੇ ਪ੍ਰਤਿਪਾਲਾ। ਹੇ ਮਾਲਕ ਜੀ, ਜਿੰਨੇ ਵੀ ਸੰਸਾਰ ਦੇ ਜੀਵ ਨੇ ਇਹ ਸਾਰੇ ਤੁਹਾਡੇ ਨੇ, ਔਰ ਤੁਸੀਂ ਸਾਰਿਆਂ ਤੇ ਦਇਆ ਕਰਦੇ ਹੋ। ਸਭ ਜੀ ਤੇਰੇ ਦਇਆਲਾ, ਪਰਮਾਤਮਾ ਦੀ ਮਿਹਰ ਸਭ ਦੇ ਉੱਪਰ ਹੀ ਹੈ ਜੀ। ਜਿਵੇਂ ਬਾਣੀ ਵਿੱਚ ਮਹਾਰਾਜ ਦਾ ਬਚਨ ਹੈ, ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਨਦਰ ਸਭ ਤੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਜੀ ਤੇਰੇ ਦਇਆਲਾ ਦਾਤਾ ਜੀ, ਤੁਸੀਂ ਸਾਰਿਆਂ ਜੀਵਾਂ ਤੇ ਦਇਆ ਕਰਦੇ ਹੋ, ਪਰ ਇੱਕ ਖਾਸ ਕਰਕੇ ਜਿਹੜੇ ਰੱਬ ਦੀ ਭਗਤੀ ਕਰਨ ਵਾਲੇ ਨੇ ਉਹਨਾਂ ਦੀ ਵਿਸ਼ੇਸ਼ ਤੌਰ ਤੇ ਤੁਸੀਂ ਪਾਲਣਾ ਕਰਦੇ ਹੋ। ਆਪਣੇ ਭਗਤ ਕਰੇ ਪ੍ਰਤਪਾਲਾ, ਕੋਈ ਰੱਬ ਦੀ ਭਗਤੀ ਕਰਦਾ, ਸੇਵਾ ਟਹਿਲ ਕਰਦਾ, ਪਰਮਾਤਮਾ ਨੂੰ ਹਰ ਵਕਤ ਚੇਤੇ ਰੱਖਦਾ, ਪਰਮਾਤਮਾ ਫਿਰ ਆਪਣੇ ਭਗਤਾਂ ਦੀ ਵਿਸ਼ੇਸ਼ ਤੌਰ ਤੇ ਪ੍ਰਤਪਾਲ ਕਰਦਾ ਹੈ। ਫਿਰ ਪਰਮਾਤਮਾ ਨੂੰ ਫਿਕਰ ਹੋ ਜਾਂਦਾ ਆਪਣੇ ਪਿਆਰੇ ਦਾ। ਜਦੋਂ ਬੰਦੇ ਨੂੰ ਰੱਬ ਦੀ ਫਿਕਰ ਨਹੀਂ ਤੇ ਫਿਰ ਰੱਬ ਨੂੰ ਸਾਡੀ ਕੀ ਫਿਕਰ ਹੋਣੀ ਹੈ? ਠੀਕ ਹੈ, ਰਿਜਕ ਦੇ ਰਿਹਾ ਪਰਮਾਤਮਾ ਸਭ ਨੂੰ, ਪਰ ਸੱਚੇ ਪਾਤਸ਼ਾਹ ਕਹਿੰਦੇ ਆਪਣੇ ਭਗਤ ਕਰੇ ਪ੍ਰਤਪਾਲਾ, ਵਿਸ਼ੇਸ਼ ਤੌਰ ਤੇ ਆਪਣੇ ਭਗਤਾਂ ਦੀ ਪਿਆਰਿਆਂ ਦੀ ਪਰਮਾਤਮਾ ਜੀ ਪ੍ਰਤਿਪਾਲਣਾ ਕਰਦੇ ਨੇ। ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ। ਹੇ ਮਾਲਕ ਜੀ, ਤੁਹਾਡੀ ਜਿਹੜੀ ਵਡਿਆਈ ਹੈ, ਅਚਰਜ ਨੇ ਜਿਹੜੇ ਤੁਹਾਡੇ, ਕੌਤਕ ਨੇ ਜਿਹੜੇ, ਬੜੇ ਹੈਰਾਨ ਕਰਨ ਵਾਲੇ ਨੇ। ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਵਡਿਆਈ ਹੈ ਜਿਹੜੀ, ਉਹ ਇੰਨੀ ਕੁ ਹੈਰਾਨ ਕਰਨ ਵਾਲੀ ਹੈ ਵੀ ਬੰਦਾ ਸੋਚ ਵੀ ਨਹੀਂ ਸਕਦਾ ਜੀ। ਅਚਰਜ ਤੇਰੀ ਵਡਿਆਈ, ਹੇ ਦਾਤਾ ਜੀ, ਮੈਂ ਤੁਹਾਡੇ ਦਰ ਘਰ ਦੀ ਵਡਿਆਈ ਤੇ ਸੋਭਾ ਸੁਣ ਕੇ ਦੇਖ ਕੇ ਨਿਤ ਨਾਨਕ ਨਾਮ ਧਿਆਈ। ਹੁਣ ਹਰ ਵਕਤ ਤੁਹਾਡੇ ਨਾਮ ਨੂੰ ਧਿਆਉਂਦੇ ਹਾਂ, ਤੁਹਾਡੇ ਨਾਮ ਨੂੰ ਜਪਦੇ। ਇਹ ਅਵਸਥਾ ਕਿਤੇ ਗੁਰੂ ਸਾਹਿਬ ਜੀ ਸਾਨੂੰ ਵੇਖੋ ਆਪਣੇ ਜੀਵਨ ਦੀ ਅਵਸਥਾ ਦੱਸ ਰਹੇ ਨੇ, ਨਹੀਂ ਤੇ ਦੁਨੀਆਂ ਦੇ ਵਿੱਚ ਕਿਸੇ ਨੂੰ ਮਾੜਾ ਮੋਟਾ ਕੋਈ ਕਿਰਪਾ ਹੋ ਜਾਵੇ, ਦੁਨਿਆਵੀ ਬੰਦਾ ਆਪਣੀ ਅਵਸਥਾ ਦੱਸਦਾ ਨਹੀਂ ਕਿਸੇ ਨੂੰ। ਪਰ ਸੱਚੇ ਪਾਤਸ਼ਾਹ ਨੇ ਤੇ ਆਪਣਾ ਸਾਰਾ ਜੀਵਨ ਹੀ ਸਾਡੇ ਅੱਗੇ ਖੋਲ ਕੇ ਰੱਖ ਦਿੱਤਾ ਵੀ ਅਸੀਂ ਇਸ ਤਰ੍ਹਾਂ ਪਰਮਾਤਮਾ ਨੂੰ ਪ੍ਰਾਪਤ ਕੀਤਾ। ਜੇ ਤੁਸੀਂ ਵੀ ਚਾਹੁੰਦੇ ਹੋ ਉਸ ਰਸਤੇ ਤੇ ਤੁਰਨਾ ਤੇ ਬਾਣੀ ਦੇ ਗਿਆਨ ਨੂੰ ਸਮਝੋ, ਜਿਹਦੇ ਕਰਕੇ ਸਾਡਾ ਸਾਰੇ ਕਲਯੁਗੀ ਜੀਵਨ ਦਾ ਇਹ ਲੋਕ ਸੁਖੀ ਆ ਤੇ ਪਰਲੋਕ ਸੋਹੇਲਾ ਬਣ ਜਾਵੇਗਾ। ਆਓ।